ਮੇਰੇ ਭੈਣੋ ਤੇ ਭਰਾਵੋ, ਅੱਜ ਜਦੋਂ ਨਾ ਅਸੀਂ ਡਾਕਟਰ ਨੂੰ ਚੈੱਕਅਪ ਕਰਾਉਣ ਜਾਂਦੇ ਹਾਂ, ਮੰਨ ਲਓ ਮੈਂ ਡਾਕਟਰ ਹਾਂ, ਨਹੀਂ ਮੈਂ ਨਹੀਂ ਬਣਨਾ, ਪੜਾਓ ਇਸ ਜਗ੍ਹਾ 'ਤੇ, ਦੌੜ ਕੇ ਥੱਲੇ ਉੱਤਰ, ਇਹ ਡਾਕਟਰ ਹੈ MBBS ਹੈ ਨਹੀਂ ਹੈ ਪਰ ਹੈ, ਸਮਝਣਾ ਹੁਣ ਤੁਸੀਂ, ਪੇਸ਼ੈਂਟ ਖੜਾ ਹੋ ਜਾ, ਇਹ ਬਿਮਾਰ ਆ, ਇਹ ਕੌਣ ਆ, ਬਿਮਾਰ ਆ, ਇਹ ਡਾਕਟਰ ਦੇ ਕੋਲ ਆਇਆ, ਆਪਣੀ ਬਿਮਾਰੀ ਦੱਸੋ, ਵੀ ਡਾਕਟਰ ਸਾਹਿਬ ਮੈਂ ਬਿਮਾਰ ਹਾਂ, ਮੇਰੇ ਪੇਟ ਦੇ ਵਿੱਚ ਪ੍ਰੋਬਲਮ ਹੈ, ਇਨਫੈਕਸ਼ਨ ਆ, ਵੀ ਮੈਨੂੰ ਮੈਡੀਸਨ ਦਿਓ, ਡਾਕਟਰ ਸਾਹਿਬ ਨੇ ਇਹਨੂੰ ਪੁੱਛਣਾ, ਸੁਣੇ ਜਾਇਓ ਹੁਣ ਧਿਆਨ ਨਾਲ, ਡਾਕਟਰ ਸਾਹਿਬ ਨੇ ਪਹਿਲਾਂ ਇਹਨੂੰ ਪੁੱਛਣਾ, ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਕਿਹੜੀ ਕਾਸਟ ਨਾਲ ਬਿਲੋਂਗ ਕਰਦਾ, ਪੁੱਛਣਾ ਡਾਕਟਰ ਨੇ, ਤੁਹਾਡੇ 'ਚ ਕੋਈ ਇਹਦਾ ਹੱਥ ਖੜਾ ਕਰਕੇ ਦੱਸੇ ਜਿਹਨੇ ਡਾਕਟਰ ਨੇ ਅੱਜ ਤੱਕ ਪੁੱਛਿਆ ਹੋਵੇ ਵੀ ਬੀਬੀ ਜੀ ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਹੋ, ਈਸਾਈ ਹੋ ਜਾਂ ਮੁਸਲਮਾਨ ਹੋਵੇ, ਕੋਈ ਹੱਥ ਖੜਾ ਕਰਕੇ ਦੱਸੇ, ਕਿਸੇ ਨੂੰ ਪੁੱਛਿਆ ਅੱਜ ਤੱਕ ਕਿਸੇ ਨੇ ਡਾਕਟਰ ਨੇ ਪੁੱਛਿਆ, ਤੇ ਯਿਸੂ ਮਸੀਹ ਵੀ ਪਰਮੇਸ਼ਵਰ ਵੀ ਤੁਹਾਡਾ ਡਾਕਟਰ ਆ, ਉਹ ਤੁਹਾਡੀ ਜਾਤ ਪਾਤ ਨਹੀਂ ਪੁੱਛਦਾ, ਉਹਨੇ ਤੁਹਾਡਾ ਇਲਾਜ ਕਰਨਾ ਵਾ, ਜਿਹੜੇ ਗੁਨਾਹ ਅੰਦਰ ਆ, ਜਿਹੜੇ ਪਾਪ ਅੰਦਰ ਆ, ਉਹ ਪਾਪ ਉਹਨੇ ਖਤਮ ਕਰਨੇ ਆ, ਹਾਲੇਲੂਇਆ। ਬੈਠ ਜਾਓ, ਉਹ ਜੇ ਡਾਕਟਰ ਨਹੀਂ ਜਾਤ ਪੁੱਛਦਾ, ਕਿਉਂਕਿ ਡਾਕਟਰ ਦਾ ਕੰਮ ਹੈ ਤੁਹਾਨੂੰ ਕੀ ਕਰਨਾ, ਚੰਗਾ ਕਰਨਾ, ਕੀ ਕੰਮ ਹੈ ਡਾਕਟਰ ਦਾ ਤੁਹਾਨੂੰ ਚੰਗਾ ਕਰਨਾ, ਤੇ ਪਰਮੇਸ਼ਵਰ ਦਾ ਕੰਮ ਹੈ ਤੁਹਾਨੂੰ ਚੰਗਾ ਕਰਨਾ, ਤੁਹਾਡੇ ਅੰਦਰੋਂ ਜਿਹੜੀ ਪਾਪ ਦੀ ਬਿਮਾਰੀ ਆ ਉਹ ਪਾਪ ਨੂੰ ਕੀ ਕਰਨਾ, ਖਤਮ ਕਰਨਾ, ਹਾਲੇਲੂਇਆ, ਹਾਲੇਲੂਇਆ। ਪਾਪ ਅੱਜ ਬੰਦੇ ਦੇ ਅੰਦਰ ਕੀ ਆ, ਪਾਪ ਆ, ਗੁਨਾਹ ਅੱਜ ਬੰਦੇ ਦੇ ਕੀ ਆ, ਅੰਦਰ ਜੁੜਿਆ ਹੋਇਆ, ਅੱਜ ਪਾਪ ਆ, ਅੱਜ ਸਾਡਾ ਜਿਹੜਾ ਕੰਮ ਹੈ, ਮੇਰਾ ਕੰਮ ਹੈ ਧਰਤੀ ਦੇ ਉੱਤੇ ਆਉਣ ਦਾ, ਮਾਂ ਦੇ ਢਿੱਡ 'ਚੋਂ ਮੈਂ ਪੈਦਾ ਹੋਇਆ, ਮੇਰੇ ਮਾਂ ਜੀ ਬੈਠੇ ਆ, ਮਾਤਾ ਜੀ ਬੈਠੇ ਆ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਇਸ ਧਰਤੀ ਦੇ ਉੱਤੇ ਪੈਦਾ ਕੀਤਾ, ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ, ਚੰਗੇ ਮਾਂ ਬਾਪ ਦਿੱਤੇ ਆ ਵੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਕਿਉਂਕਿ ਮੇਰੇ ਫਾਦਰ ਜੀ ਨੇ ਤਪੱਸਿਆ ਕੀਤੀ, 37 ਸਾਲ 38ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਦੀ ਤਪੱਸਿਆ ਦਾ, ਪਰਮੇਸ਼ੁਰ ਨੇ ਫਲ ਦਿੱਤਾ ਵੀ ਮੈਨੂੰ ਪਰਮੇਸ਼ੁਰ ਨੇ ਇਸਤੇਮਾਲ ਕੀਤਾ ਆਪਣੇ ਕੰਮਾਂ ਲਈ, ਵੀ ਜਿਹੜੇ ਲੋਕ ਨਸ਼ੇ ਵਿੱਚ ਆ, ਜਿਹੜੇ ਲੋਕ ਗੁਨਾਹ ਦੇ ਵਿੱਚ ਆ, ਪਾਪ ਵੱਲ ਨੂੰ ਜਾ ਰਹੇ ਆ, ਉਹਨਾਂ ਲੋਕਾਂ ਨੂੰ ਮੋੜ ਕੇ ਮੈਂ ਲਿਆ ਸਕਾਂ, ਪਰਮੇਸ਼ੁਰ ਦਾ ਲੋਕ ਨਾਮ ਲੈ ਸਕਣ, ਪਰਮਾਤਮਾ ਦਾ ਨਾਮ ਲੈ ਸਕਣ, ਨੀਲੀ ਛਤਰੀ ਵਾਲੇ ਦਾ ਨਾਮ ਲੈ ਸਕਣ, ਜਿਹੜੀ ਛਤਰੀ ਨੀਲੀ ਜਿਹੜੇ ਖੜੀ ਕੀਤੀ, ਕੋਈ ਸਪੋਰਟ ਨਹੀਂ ਆ, ਕੋਈ ਪਿੱਲਰ ਨਹੀਂ ਆ, ਨੀਲੀ ਛਤਰੀ ਖੜੀ ਕਰ ਦਿੱਤੀ, ਲੈਂਟਰ ਪਾਉਣ ਲੱਗੇ, ਸਾਨੂੰ ਸਪੋਰਟਾਂ ਦੀ ਲੋੜ ਹੈ, ਪਰਮਾਤਮਾ ਨੂੰ ਲੋੜ ਨਹੀਂ ਆ ਲੈਂਟਰ ਪਾਉਣ ਦੇ ਲਈ, ਹਾਲੇਲੂਇਆ, ਹਾਲੇਲੂਇਆ। ਉਹ ਪਰਮਾਤਮਾ ਨੂੰ ਦੇਖੋ, ਇਹ ਨੀਲੀ ਛਤਰੀ ਖੜੀ ਕਰ ਦਿੱਤੀ ਉਹਨੇ ਬਿਨਾਂ ਸਪੋਰਟ ਤੋਂ, ਘਰ 'ਚ ਤੁਸੀਂ ਲੈਂਟਰ ਪਾਉਣਾ ਹੋਵੇ ਪਿੱਲਰ ਖੜੇ ਕਰਦੇ ਆ, ਕਿਤੇ ਡਿੱਗ ਨਾ ਪਵੇ, ਇਹ ਨੀਲਾ ਸਮਾਨ ਖੜਾ, ਇਹ ਸੂਰਜ ਖੜਾ ਵਾ, ਤੁਸੀਂ ਚੀਜ਼ ਤਾਂ ਉਹਨੂੰ ਸਿੱਟਦੇ ਆ, ਉਹ ਵਾਪਸ ਥੱਲੇ ਨੂੰ ਆਉਂਦੀ ਆ, ਵਾਪਸ ਥੱਲੇ ਨੂੰ ਆਊਗੀ, ਸੂਰਜ ਪਰਮੇਸ਼ੁਰ ਨੇ ਹਵਾ 'ਚ ਖੜਾ ਕੀਤਾ ਹੈ, ਹਾਲੇ ਤੱਕ ਥੱਲੇ ਨਹੀਂ ਡਿੱਗਾ, ਹਾਲੇਲੂਇਆ, 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 ਹਾਲੇਲੂਇਆ। ਐਡਾ ਵੱਡਾ ਪਰਮੇਸ਼ੁਰ ਆ, ਅੱਜ ਮੈਂ ਨਾ ਇੱਕ ਭੈਣ ਨੂੰ ਮੈਂ ਮਿਲਿਆ, ਖੜੇ ਹੋ ਜਾਓ, ਤੁਹਾਡੀ ਐਗਜ਼ਾਮਪਲ ਦਿੰਦਾ, ਇਹਨਾਂ ਨੂੰ ਮੈਂ ਮਿਲਿਆ, ਮੂਹਰੇ ਦੌੜ ਕੇ ਇੱਥੇ, ਚੌਵੀ ਸਾਲ ਦਾ, ਇਹਦਾ ਨਾਮ ਅਮਿਤ ਆ, ਇਹਨਾਂ ਨੂੰ ਮੈਂ ਜਦੋਂ ਮਿਲਿਆ ਨਾ, ਇਹਨਾਂ ਨੇ ਯਿਸੂ ਮਸੀਹ ਦੀ ਐਡੀ ਮੂਰਤੀ ਲੈ ਕੇ ਆਉਂਦੀ, ਯਿਸੂ ਮਸੀਹ ਦੀ ਕੀ ਲੈ ਕੇ ਆਉਂਦੀ, ਮੂਰਤੀ ਲੈ ਕੇ ਆਉਂਦੀ, ਜਿਹ 'ਚ ਯਿਸੂ ਮਸੀਹ ਜੀ ਇੱਦਾਂ ਖੜ੍ਹੇ ਹੱਥ ਕਰਕੇ, ਇੱਦਾਂ ਇੱਦਾਂ ਉਂਗਲ ਸ਼ਾਇਦ ਕੀਤੀ, ਪਤਾ ਨਹੀਂ ਇੱਦਾਂ ਕਰਦੇ ਹੁੰਦੇ, ਕਿੱਦਾਂ ਇੱਦਾਂ ਹੱਥ ਕੀਤਾ ਹੋਇਆ, ਖੜ੍ਹੇ 'ਤੇ ਚਿੱਟੇ ਜਿਹੇ ਕੱਪੜੇ 'ਚ ਯਿਸੂ ਮਸੀਹ ਦੇ ਪਾਏ ਹੋਏ, ਅਤੇ ਇਹਨਾਂ ਨੇ ਮੂਰਤੀ ਘਰੇ ਲਿਆਉਂਦੀ, ਉਹ ਮੈਂ ਕਿਹਾ ਇਹ ਕੀ ਕੀਤਾ, ਕਹਿੰਦੇ ਜੀ ਯਿਸੂ ਮਸੀਹ ਦੀ ਮੂਰਤੀ ਲੈ ਕੇ ਆਉਂਦੀ ਹੈ, ਮੈਂ ਕਿਹਾ ਕਾਹਤੋਂ, ਕਹਿੰਦੇ ਵੀ ਸਾਨੂੰ ਹੈ ਨਾ ਪਰਮੇਸ਼ੁਰ ਦਾ ਨਾਮ ਆ, ਵੀ ਚਲੋ ਅਸੀਂ ਇਹਦੇ ਮੂਹਰੇ ਮੋਮਬੱਤੀਆਂ ਲਾਉਂਦੇ ਰਹਾਂਗੇ, ਉਹ ਮੈਂ ਕਿਹਾ ਬੇਵਕੂਫ ਆਦਮੀ, ਵੀ ਤੂੰ ਯਿਸੂ ਮਸੀਹ ਕਾਹਦੀ ਬਣੀ ਹੋਈ ਮੂਰਤੀ ਕਾਹਦੀ ਬਣੀ, ਕਹਿੰਦਾ ਚੀਨੇ ਪੱਥਰ ਦੀ ਬਣੀ ਹੋਈ ਆ, ਮਿੱਟੀ ਦੀ ਬਣੀ ਹੋਈ, ਜਿਹੜਾ ਚੀਨਾ ਇਹਨਾਂ ਦਾ ਚਿੱਟਾ ਜਿਹਾ ਪੱਥਰ ਮਿੱਟੀ ਜੀ ਉਹਦੀ ਬਣੀ ਹੋਈ ਆ, ਮੈਂ ਕਿਹਾ ਤੈਨੂੰ ਆਪਣੇ ਆਪ ਨਹੀਂ ਪਤਾ ਲੱਗਦਾ, ਉਹ ਪਰਮੇਸ਼ੁਰ ਜਿਹੜਾ ਰੱਬ ਆ, ਜਿਹੜਾ ਐਡਾ ਅਸਮਾਨ ਬਣਾ ਸਕਦਾ, ਐਡੀ ਜ਼ਮੀਨ ਬਣਾ ਸਕਦਾ, ਉਹ ਐਡੀ ਜੀ ਮੂਰਤੀ 'ਚ ਨਹੀਂ ਰਹਿ ਸਕਦਾ, ਤੂੰ ਮੈਂ ਕਿਹਾ ਤੂੰ ਕਾਹਦਾ ਬਣਿਆ, ਕਹਿੰਦਾ ਮਿੱਟੀ ਦਾ, ਮੈਂ ਕਿਹਾ ਤੈਨੂੰ ਕਿਹਨੇ ਬਣਾਇਆ, ਪਰਮੇਸ਼ੁਰ ਨੇ, ਲੰਮਾ ਪੈ ਥੱਲੇ। ਜਦੋਂ ਅਸੀਂ ਬਾਈਬਲ ਪੜ੍ਹਦੇ ਨਾ, ਪਵਿੱਤਰ ਸ਼ਾਸਤਰ ਪੜ੍ਹਦੇ ਹਾਂ, ਇਹਦੇ ਵਿੱਚ ਲਿਖਿਆ ਜੈਨਸਿਸ, ਬੁੱਕ ਆਫ ਜੈਨਸਿਸ, ਪਹਿਲਾ ਚੈਪਟਰ ਜਦੋਂ ਪੜ੍ਹਦੇ ਹੁੰਦੀ, ਪਹਿਲੀ ਵਰਸ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਪਰਮਾਤਮਾ ਨੇ ਬੰਦੇ ਨੂੰ ਆਪਣੇ ਸਰੂਪ ਦੇ ਬਣਾਇਆ, ਪਰਮਾਤਮਾ ਨੇ ਬੰਦੇ ਨੂੰ ਆਪਣੇ ਸਰੂਪ ਦੇ ਬਣਾਇਆ। ਅੱਜ ਬੰਦਾ ਲੱਭਦਾ ਫਿਰਦਾ ਰੱਬ ਕਿੱਥੇ, ਰੱਬ ਕਿੱਥੇ, ਸਾਰੇ ਰੱਬ ਹੀ ਬੈਠੇ, ਤੁਸੀਂ ਰੱਬ ਦੇ ਸਰੂਪ ਤੇ ਆ, ਹਾਲੇਲੂਇਆ, 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 ਹਾਲੇਲੂਇਆ। ਪਰਮਾਤਮਾ ਨੇ ਬੰਦੇ ਨੂੰ ਆਪਣੇ ਸਰੂਪ ਤੇ ਬਣਾਇਆ, ਪਰਮਾਤਮਾ ਨੇ ਬੰਦੇ ਨੂੰ ਆਪਣੇ ਸਰੂਪ ਤੇ ਬਣਾਇਆ, ਆਪਣਾ ਸਾਹ ਜਿਹੜਾ ਪਰਮਾਤਮਾ ਦਾ ਸਾਹ ਸੀਗਾ, ਉਹ ਬੰਦੇ ਦੀਆਂ ਨਾਸਾਂ ਵਿੱਚ ਫੂਕ ਦਿੱਤਾ। ਬੰਦਾ ਕਦੋਂ ਮਰਦਾ, ਜਦੋਂ ਉਹਦੇ ਵਿੱਚੋਂ ਕੀ ਨਿਕਲ ਜਾਂਦੇ ਆ, ਸਾਹ, ਬੋਲੋ ਚੀਵਾਈ ਨਾ, ਸਾਹ ਨਿਕਲ ਜਾਂਦੇ ਆ। ਜਾਨਵਰ ਦੇ ਵਿੱਚ ਦੋ ਚੀਜ਼ਾਂ ਵਾ, ਮਾਸ ਆ ਤੇ ਖੂਨ ਆ, ਉਹਦੇ 'ਚ ਆਤਮਾ ਨਹੀਂ ਆ, ਜਾਨਵਰ 'ਚ ਆਤਮਾ ਨਹੀਂ ਆ, ਤੇ ਜੇ ਜਾਨਵਰ 'ਚ ਆਤਮਾ ਹੋਵੇ ਤੇ ਜਾਨਵਰ ਬੋਲੇ, ਜਾਨਵਰ ਬੋਲੇ। ਬੰਦੇ 'ਚ ਤਿੰਨ ਚੀਜ਼ਾਂ ਵਾ, ਮਾਸ ਆ ਇਹ ਸਰੀਰ ਜਿਹੜਾ ਮਿੱਟੀ ਦਾ, ਖੂਨ ਆ ਜਿਹਦੇ ਵਿੱਚ ਜਾਨ ਆ। ਕੁੜੀਆਂ ਨਬਜ਼ ਵੱਢ ਲੈਂਦੀਆਂ ਹੁੰਦੀਆਂ ਨਾ ਘਰਦੇ ਨਾਲ ਲੜ ਕੇ, ਮੰਮੀ ਮੈਂ ਆਤਮਾ ਤੇ ਕਰੂੰ, ਨਬਜ਼ ਕੱਟਦੀ, ਤੇ ਖੂਨ ਜ਼ਿਆਦਾ ਬਹਿਣ ਨਾਲ ਕੀ ਹੋ ਗਈ ਉਹਦੀ, ਖੂਨ 'ਚ ਪ੍ਰਾਣ ਆ, ਖੂਨ 'ਚ ਜਾਨ ਆ। ਤੇ ਤੀਸਰੀ ਬੰਦੇ ਦੇ ਵਿੱਚ ਜਿਹੜੀ ਇੱਕ ਕੀਮਤੀ ਚੀਜ਼ ਆ, ਉਹ ਆ ਆਤਮਾ, ਜਿਹੜੀ ਪਰਮਾਤਮਾ ਆਪਣੇ ਕੋਲ ਵਾਪਸ ਬੁਲਾ ਲੈਂਦਾ, ਹਾਲੇਲੂਇਆ, ਹਾਲੇਲੂਇਆ। ਪਰਮਾਤਮਾ ਨੇ ਆਪਣੀ ਆਤਮਾ ਫੂਕਤੀ ਬੰਦੇ 'ਚ, ਸਾਹ ਫੂਕ ਦਿੱਤਾ, ਬੰਦੇ ਨੂੰ ਆਪਣੇ ਸਰੂਪ 'ਤੇ ਬਣਾਇਆ।
खड़े हो जाओ मेरा पुत्र। तुम फिल्म देखी होगी सारे ने, जीजस क्राइस्ट सन ऑफ गॉड द पैशन ऑफ क्राइस्ट। जो परमात्मा ने बंदे अपने स्वरूप से बनाया, बंदे देखा परमेश्वर ने बहुत सोहना बनया, कोई कमी नहीं है, परफेक्ट बनया। परमात्मा ने हुक्म दिता तू बाग दे विच रहना, बाग दे विच रहना। एक बाग दे विच फुल सीगा, बूटा सीगा फल दा, भरे ते बुरे की पछाण करन वाला। उन्हें हुक्म दिता भी तू इस फल तो नहीं खाना। परमात्मा ने रखा बड़े खुशी नाल रहिंदा ही, कोई बीमारी नहीं सी, कोई मौत नहीं सी उहदे अंदर, कोई भी इदां दी चीज़ नहीं सी भी जिहड़ी उहनूं बंदे नूं मार सके। बंदा बड़ी जिंदगी नाल रह रहा, उहदी पसली विचों पसली कढ़ी औरत बना दित्ती। परमेश्वर ने औरत दित्ती उहदी मदद करन दे लई। आदम ने औरत ने की कीता, शैतान आया, शैतान कहिंदा फल नूं खा ला, औरत ने फल खाधा, बंदे ने फल खाधा, तो जो दोनों ने फल खाधा दोनों दियां अखां खुल गईयां। असीं की कर लिया? पाप कर लिया। पाप की मतलब, पाप का मतलब की आ, जिहड़े परमेश्वर ने बंदे नूं हुक्म दित्ते आ, जिहड़े परमेश्वर ने बंदे नूं आग्या दित्ती आ, उह आग्या जदों बंदा नहीं मनदा ते की करदा बंदा? पाप कर लैंदा। की कर लैंदा बंदा? पाप कर लैंदा। वाह हालेलुया हालेलुया। बंदे ने पाप कर लिया, पाप जिंदगी च आ गया। समझ गए नी गल नूं? समझ गए मेरे भैणों ते प्रभो? हुण बंदा किहने बणाया सीगा ते बंदे नूं कैदी भगती करनी चाहिए? परमेश्वर दी। अज जिहड़े परमेश्वर ने बंदे नूं बनाया, वो बंदा परमेश्वर दा नाम छड्ड के अपने हाथ नाल मिट्टी दी सूरत बना के, मिट्टी दी सूरत नूं बना के मनन दिया। इन्हें मिट्टी दी फोटो लैण दी, मिट्टी दी तस्वीर लैण दी, मिट्टी दी मूर्त लैण दी, यीशु जी दी मिट्टी नूं मनन लग पिया। और रब मिट्टी दा नहीं, रब ने तैनूं मिट्टी दा बनाया, तू परमात्मा नूं मन जा, आसमान च रहिंदा और मिट्टी च रब नहीं है, ते मिट्टी परमेश्वर ने तैनूं बनाया। हालेलुया हालेलुया। ए मिट्टी तो तैनूं बनाया, अज अपने हाथ नाल, अज अपने हाथ नाल बंदा मिट्टी का की बना रहा? रब बना रहा। की बना रहा? मिट्टी का। और रब मिट्टी का हैगा? पहला मैं दसो, मिट्टी का तो बंदा जो मरदा कितने मिल जाता? मिट्टी च। बोलो कितने मिल जाता? जो बंदा मिट्टी च मिलता तो बंदा अपने, अज देखो बंदा परमात्मा का नाम छड़ के जी अपने हाथ नाल बना लेंदा सूरत, उन्हू मनन दिया। सारे ने मेरी गल का जवाब देना, परमात्मा कितने रहा? बोलो कितने रहा? दिल विच रहिंदा। तो जिहड़ी इहने मूर्त लै के आंदी यीशु मसीह दी, वी उह च हैगा परमात्मा? वह मूर्त नूं रख के कही जावे लो जी दुध पी, यीशु मसीह दुध पी, यीशु मसीह ने दुध पीना उत्थों आ के? यीशु मसीह ने कहना, इहने कहना यीशु मसीह जी लो जी लस्सी पी लो, यीशु मसीह ने पीनी लस्सी आ के? ਉਹ ਮੇਰੇ ਭੈਣੋ ਤੇ ਭਰਾਵੋ, ਰੱਬ ਦੀ ਇਹ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ, ਇਹ ਫਲ ਫਰੂਟ ਸੇਬ ਕੇਲੇ, ਤੁਸੀਂ ਰੱਬ ਨੂੰ ਕਹਿ ਰੱਬਾ ਖਾਲਾ ਖਾਲਾ ਖਾਲਾ। ਐਗਜ਼ਾਮਪਲ ਦੇਣਾ, ਹੋਰ ਫੋਨ ਤੇਰਾ ਕਿੱਥੇ? ਇਹ ਫੋਨ ਕਿਹਦਾ ਵਾ? ਤੇ ਕਿਹਨੇ ਫੜਾਇਆ ਮੈਨੂੰ ਫੋਨ? ਇਹਦਾ ਫੋਨ ਸੀ ਨਾ, ਐਪਲ ਦਾ, ਇਹਨੇ ਦਿੱਤਾ ਮੈਨੂੰ। ਹੁਣ ਇਹਦਾ ਫੋਨ ਲੈ ਕੇ, ਇਸ ਭਾਈ ਦਾ ਮੈਂ ਫੋਨ ਲੈ ਕੇ ਇਹਨੂੰ ਕਹੀ ਜਾਵਾਂ, ਯਾਰ ਤੈਨੂੰ ਮੈਂ ਗਿਫਟ ਦੇਣ ਲੱਗਾ, ਲੈ ਫੜ ਤੇਰਾ ਗਿਫਟ, ਤੈਨੂੰ ਮੈਂ ਗਿਫਟ ਦਿੱਤਾ, ਇਹ ਖੁਸ਼ ਹੋਊਗਾ? ਬੋਲੋ ਖੁਸ਼ ਹੋਊਗਾ? ਕਿਉਂ ਨਹੀਂ ਖੁਸ਼ ਹੋਣਾ? ਉਹ ਤਾਂ ਉਹਦਾ ਹੀ ਸੀਗਾ, ਉਹਨੂੰ ਦੇਈ ਜਾਂਦਾ, ਉਹਨੇ ਖੁਸ਼ ਹੋਣਾ? ਉਹਨੂੰ ਮੈਂ ਨਵੀਂ ਚੀਜ਼ ਦੇਵਾਂ ਜਿਹੜੀ ਉਹਦੀ ਨਹੀਂ ਆ? ਅਤੇ ਪਰਮਾਤਮਾ ਦੀਆਂ ਫਲ ਫਰੂਟ ਇਹ ਕੁੱਕੜ ਕਾਲੇ ਬੱਕਰੇ ਚੜ੍ਹਾਈ ਜਾਂਦੇ ਪਰਮਾਤਮਾ ਨੂੰ, ਪਰਮਾਤਮਾ ਪੀ ਲਾ ਲੱਸੀ, ਪੀ ਲਾ ਪਰਮਾਤਮਾ, ਤੂੰ ਲੈ ਫੜ ਦੁੱਧ ਪੀ ਲਾ ਪਰਮਾਤਮਾ, ਤੂੰ ਆਹ ਪੀ ਲਾ। ਉਹ ਪਰਮਾਤਮਾ ਕਹਿੰਦਾ ਮੇਰਾ ਹੀ ਬਣਾਇਆ ਮੈਨੂੰ ਦੇਣ ਦਾ, ਇਹਨਾਂ ਚੀਜ਼ਾਂ ਨਾਲ ਮੈਂ ਖੁਸ਼ ਨਹੀਂ ਹੁੰਦਾ। ਆਪਣੀ ਜ਼ਿੰਦਗੀ ਪਰਮੇਸ਼ਵਰ ਨੂੰ ਦਵਾ, ਆਪਣੀ ਜ਼ਿੰਦਗੀ ਪਰਮੇਸ਼ਵਰ ਨੂੰ ਦਵਾ। ਪਰਮੇਸ਼ਵਰ ਤੁਹਾਡੀ ਜ਼ਿੰਦਗੀ ਚਾਹੁੰਦਾ। ਨਾਮ ਕਰੋ ਪਰਮੇਸ਼ਵਰ ਦਾ, ਸਿਮਰਨ ਕਰੋ ਪਰਮੇਸ਼ਵਰ ਦਾ, ਸਿਮਰਨ ਕਰੋ ਪਰਮੇਸ਼ਵਰ ਦਾ, ਨਾਮ ਲਵੋ ਪਰਮੇਸ਼ਵਰ ਦਾ। ਹਾਲੇਲੂਇਆ 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 ਹਾਲੇਲੂਇਆ। ਸਿਮਰਨ ਕਰੋ ਪਰਮੇਸ਼ਵਰ ਦਾ, ਨਾਮ ਲਵੋ ਪਰਮੇਸ਼ਵਰ ਦਾ, ਇਹਦੇ ਤੋਂ ਪਰਮੇਸ਼ਵਰ ਖੁਸ਼ ਹੁੰਦਾ। ਉਹਦੀ ਬਣਾਈ ਹੋਈ ਚੀਜ਼ ਪਰਮੇਸ਼ਵਰ ਨੂੰ ਦੇਈ ਜਾਓ। ਹੁਣ ਜਿਹੜੇ ਤੇ ਪਤੀ ਵਿਆਹੇ ਹੋਏ ਆ, ਪੁਰਾਣਾ ਸੂਟ ਪੈਕ ਕਰਾ ਕੇ ਘਰ ਵਾਲੀ ਨੂੰ ਜਦੋਂ ਦਊਂਗੇ, ਤਾਂ ਘਰ ਵਾਲੀ ਨੇ ਕੀ ਮਾਰਨਾ? ਵੇਲਣਾ ਮਾਰਨਾ, ਮੇਰੇ ਨਾਲ ਟਿੱਚਰ ਕੀਤੀ ਹੋਏ, ਮੈਂ ਤੇਰੇ ਲਈ ਰੋਟੀਆਂ ਸਾਗ ਬਣਾਇਆ ਤੇ ਮੈਨੂੰ ਮੇਰਾ ਪੁਰਾਣਾ ਸੂਟ ਹੀ ਗਿਫਟ ਪੈਕ ਕਰਾ ਕੇ ਦੇਤਾ। ਤੇ ਦੱਸੋ ਜੇ ਘਰ ਵਾਲੀ ਨਹੀਂ ਖੁਸ਼ ਹੁੰਦੀ ਤਾਂ ਰੱਬ ਤੁਹਾਡਾ ਖੁਸ਼ ਹੋਊਗਾ? ਤੁਹਾਡੇ ਤੋਂ ਕੇਲੇ ਖਾਲਾ, ਕੇਲੇ ਖਾਲਾ ਯੇ ਸੁਮਸੀ ਜੀ, ਸੇਬ ਖਾਲਾ ਯੇ ਸੁਮਸੀ ਜੀ, ਦੁੱਧ ਪੀ ਲਾ। ਓਏ ਉਹੀ ਦੁੱਧ ਕਿਸੇ ਭੁੱਖੇ ਨੂੰ ਖਵਾ ਦਿਓ, ਤੁਹਾਨੂੰ ਬਰਕਤ ਦਊਗਾ ਪਰਮਾਤਮਾ, ਇਸ ਕੀ ਲੰਬੀ ਉਮਰ ਕਰ। ਹਾਲੇਲੂਇਆ ਹਾਲੇਲੂਇਆ। ਮੈਨੂੰ ਕਿਸੇ ਨੇ ਕਿਹਾ, ਕਹਿੰਦਾ ਪਾਸਟਰ ਜੀ ਤੁਸੀਂ ਨਹੀਂ ਫੋਟੋ ਲਾਉਂਦੇ ਯੇ ਸੁਮਸੀ ਦੀ, ਤੁਸੀਂ ਨਹੀਂ ਕੋਈ ਮੂਰਤੀ ਰੱਖੀ ਹੋਈ ਯੇ ਸੁਮਸੀ ਦੀ, ਤੁਸੀਂ ਨਹੀਂ ਕੋਈ ਫੋਟੋ ਰੱਖੀ ਹੋਈ ਜਿੱਦਾਂ ਕੈਥਲਿਕ ਚਰਚ ਦੇ ਵਿੱਚ ਪਈ ਹੁੰਦੀ ਹੈ ਮਾਤਾ ਮਰੀਅਮ ਦੀ ਫੋਟੋ, ਮੈਰੀ ਦੀ ਫੋਟੋ ਤੁਸੀਂ ਨਹੀਂ ਰੱਖੀ? ਉਹ ਮੈਂ ਕਿਹਾ ਫੋਟੋ, ਉਹ ਮੈਂ ਕਿਹਾ ਫੋਟੋ 'ਚ ਰੱਬ ਨਹੀਂ ਆ, ਇਹ ਮੂਰਤੀ 'ਚ ਰੱਬ ਨਹੀਂ ਆ, ਇਹ ਤਾਂ ਬੰਦੇ ਨੇ ਬਣਾਈ ਹੱਥ ਨਾਲ। ਇਹ ਬੰਦੇ ਨੇ ਕੀ ਬਣਾਈ ਆ? ਹੱਥ ਨਾਲ ਬਣਾਈ। ਉਹ ਤੁਸੀਂ ਅੱਜ ਬੰਦੇ ਦੇ ਹੱਥ ਦੇ ਬਣਾਏ ਹੋਏ ਰੱਬ ਦੇ ਮੂਹਰੇ ਝੁਕਦੇ ਆ, ਅਤੇ ਜਿਹੜੇ ਰੱਬ ਨੇ ਬੰਦੇ ਨੂੰ ਬਣਾਇਆ, ਦੇਖੋ ਪਰਮੇਸ਼ੁਰ ਕਿੰਨਾ ਸੋਹਣਾ ਹੋਵੇਗਾ। ਹਾਲੇ ਲੋਈ ਆ ਹਾਲੇ ਲੋਈ ਆ।
ਉਹ ਪਰਮੇਸ਼ੁਰ ਕਿੱਡਾ ਜ਼ਬਰਦਸਤ ਹੋਊਗਾ। ਪਰਮੇਸ਼ੁਰ ਐਡਾ ਕੁ ਨੀਗਾ ਜਿਹੜਾ ਤੁਸੀਂ ਪੜ੍ਹ ਸਕੋ, ਜਿਹੜਾ ਤੁਸੀਂ ਰੱਖ ਸਕੋ ਘਰ 'ਚ। ਜਦੋਂ ਬਾਈਬਲ ਪੜ੍ਹਦੇ ਹੋ ਉਹ 'ਚ ਪਰਮੇਸ਼ੁਰ ਦਾ ਸਾਈਜ਼ ਲਿਖਿਆ, ਉਹ 'ਚ ਪਰਮੇਸ਼ੁਰ ਦਾ ਸਾਈਜ਼ ਪਤਾ ਕੀਤਾ ਗਿਆ, ਉਹ 'ਚ ਸਾਈਜ਼ ਦੱਸਿਆ ਪਰਮੇਸ਼ੁਰ ਦਾ। ਪਰਮੇਸ਼ੁਰ ਪਤਾ ਕੀ ਕਹਿੰਦਾ ਬਾਈਬਲ ਦੇ ਵਿੱਚ, ਬਾਈਬਲ 'ਚ ਬਿਆਨ ਕੀਤਾ ਗਿਆ, ਪਰਮੇਸ਼ੁਰ ਕਹਿੰਦਾ ਇਹ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ, ਅਸਮਾਨ ਮੇਰਾ ਸਿੰਘਾਸਨ ਆ। ਕਿੱਡਾ ਵੱਡਾ ਪਰਮੇਸ਼ੁਰ ਹੋਊਗਾ ਜਿਹਦੇ ਪੈਰ ਹੀ ਧਰਤੀ ਦੇ ਉੱਤੇ ਆਉਂਦੇ ਆ, ਅਤੇ ਸਵਰਗ ਦੇ ਵਿੱਚ ਅਸਮਾਨ ਦੇ ਵਿੱਚ ਉਹ ਬਹਿੰਦਾ ਵਾ, ਸਿੰਘਾਸਨ ਲਾਉਂਦਾ। ਕਿੱਡਾ ਜ਼ਬਰਦਸਤ ਪਰਮੇਸ਼ੁਰ ਆ, ਉਹ ਐਡਾ ਕੁ ਛੋਟਾ ਪਰਮੇਸ਼ੁਰ ਨਹੀਂ ਆ ਜਿਹੜਾ ਘਰ ਦੇ ਵਿੱਚ ਕੰਧਾਂ ਦੇ ਉੱਤੇ ਲੱਗ ਜਾਵੇ। ਪਰਮੇਸ਼ੁਰ ਡੰਡੇ ਜ਼ਿੰਦਗੀ ਦੇ ਵਿੱਚ ਆਊਗਾ, ਪਰਿਵਾਰ ਦੇ ਵਿੱਚ ਆਊਗਾ, ਮਿਲ ਜਾਊਗਾ, ਜ਼ਿੰਦਗੀ ਬਦਲ ਕੇ ਰੱਖ ਦੇਊਗਾ। ਹਾਲੇਲੂਇਆ 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 ਪਰਿਵਾਰ ਚੇਂਜ ਕੀਤੇ ਜਾਣਗੇ, ਹਾਲਾਤ ਬਦਲਣਗੇ, ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਹਾਲੇਲੂਇਆ ਹਾਲੇਲੂਇਆ। ਅੱਜ ਬੰਦਾ ਤੌਬਾ ਨਹੀਂ ਕਰਨਾ ਚਾਹੁੰਦਾ, ਅੱਜ ਮੁਕਤੀ ਪਾਉਣ ਲਈ ਬੈਠ ਜਾਓ। ਅੱਜ ਮੁਕਤੀ ਪਾਉਣ ਲਈ ਇੱਕ ਲੱਤ 'ਤੇ ਖੜੇ ਹੋਣ ਦੀ ਲੋੜ ਨਹੀਂ ਆ, ਵੀ ਜਾਂ ਮੈਨੂੰ ਆਪਣੇ ਵਾਲ ਬੰਨ ਲਵਾਂ ਤਾਂ ਮੈਂ ਪੱਖੇ ਨਾਲ ਭਗਤੀ ਕਰਾਂ। ਅੱਜ ਮੁਕਤੀ ਪਾਉਣ ਲਈ ਤੁਹਾਨੂੰ ਘਰ ਛੱਡ ਕੇ ਭੱਜਣ ਦੀ ਲੋੜ ਨਹੀਂ ਆ, ਮੁਕਤੀ ਪਾਉਣ ਲਈ ਆਪਣੀ ਜ਼ੁਬਾਨ ਤੋਂ ਪਰਮੇਸ਼ੁਰ ਦਾ ਨਾਮ ਲੈਣ ਦੀ ਲੋੜ ਆ ਮੇਰੇ ਭੈਣੋ ਤੇ ਭਰਾਵੋ, ਸੱਚੀ ਜ਼ਿੰਦਗੀ ਪਾਉਣ ਦੀ ਲੋੜ ਆ। ਹਾਲੇਲੂਇਆ ਹਾਲੇਲੂਇਆ ਫਿਰ ਮੁਕਤੀ ਮਿਲਦੀ ਆ। ਵੀ ਇਹ ਨਹੀਂ ਵੀ ਮੈਂ ਆਪਣੀ ਘਰਵਾਲੀ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਤਪੱਸਵੀ ਬਣ ਜਾਵਾਂ, ਜਾ ਕੇ ਜੰਗਲਾਂ 'ਚ ਪਹਾੜਾਂ 'ਚ ਬਹਿ ਜਾਵਾਂ, ਵੀ ਉਹ ਪਰਮਾਤਮਾ ਮੈਨੂੰ ਮਿਲ ਜਾ ਮਿਲ ਜਾ ਮਿਲ ਜਾ। ਪਰਮਾਤਮਾ ਕਹਿਣਾ ਤੈਨੂੰ ਤਾਂ ਮੈਂ ਘਰੇ ਹੀ ਮਿਲ ਜਾਣਾ ਸੀ, ਏਡੀ ਦੂਰ ਤੋਂ ਐਵੇਂ ਆਇਆ। ਹਾਲੇਲੂਇਆ ਮੇਰੇ ਭੈਣੋ ਤੇ ਭਰਾਵੋ, ਅੱਜ ਭਗਤੀ ਪਾਉਣ ਲਈ ਤੁਹਾਨੂੰ ਮੂੰਹ ਦੇ ਨਾਲ ਕੀ ਕਰਨਾ ਪੈਣਾ, ਇਕਰਾਰ ਕਰਨਾ ਪੈਣਾ। ਪੜ੍ਹੋ ਬਾਈਬਲ ਦੇ ਵਿੱਚੋਂ ਰੋਮੀਆਂ 10 ਚੈਪਟਰ ਥੈਂਕ ਯੂ ਜੀਸਸ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ, ਕਿਉਂਕਿ ਸੁਣੋ ਇਹ ਮੈਂ ਨਹੀਂ ਲਿਖਿਆ ਵਚਨ, ਨਾ ਹੀ ਆਪਣਾ ਇੱਥੇ ਇੰਡੀਆ ਦੇ ਵਿੱਚ ਲਿਖਿਆ ਗਿਆ। ਇਹ ਅੱਜ ਤੋਂ 18 ਸਾਲ ਪਹਿਲਾਂ ਇਸ ਧਰਮ ਸ਼ਾਸਤਰ ਦਾ ਨਿਰਮਾਣ ਹੋਇਆ ਸੀਗਾ, ਲਿਖਿਆ ਗਿਆ ਸੀ। ਅਤੇ ਉਦੋਂ ਪਹਿਲਾਂ ਜਿਹੜੇ ਸ਼ਾਸਤਰ ਸੀਗੇ, ਉਤਪਤੀ ਕੂਚ ਲੇਵਿਆਂ ਦੀ ਪੋਥੀ ਗਿਣਤੀ ਵਿਵਸਥਾ ਸਰ, ਜਦੋਂ ਧਰਤੀ ਦਾ ਨਿਰਮਾਣ ਹੋਇਆ, ਸ੍ਰਿਸ਼ਟੀ ਦੀ ਰਚਨਾ ਕੀਤੀ ਗਈ, ਉਦੋਂ ਲਿਖੇ ਗਏ ਸੀ 5 ਗ੍ਰੰਥ। ਇਹ ਉਦੋਂ ਦੀ ਕਿਤਾਬ ਮੈਂ ਤੁਹਾਨੂੰ ਪੜ੍ਹਾ ਰਿਹਾ। ਪੜ੍ਹੋ, ਮੁਕਤੀ ਪਾਉਣ ਲਈ ਬੰਦੇ ਨੂੰ ਕੀ ਕਰਨਾ ਪੈਣਾ, ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਤਾਂ ਤੂੰ ਬਚਾਇਆ ਜਾਵੇਗਾ। ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਹੈ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ। ਹਾਲੇਲੂਇਆ ਹਾਲੇਲੂਇਆ ਧਰਮ ਲਈ ਹਿਰਦੇ ਨਾਲ ਨਿਹਚਾ ਕਰੀਦੀ ਆ ਤੇ ਮੁਕਤੀ ਪਾਉਣ ਲਈ ਮੂੰਹ ਨਾਲ ਇਕਰਾਰ। ਮੂੰਹ ਨਾਲ ਕੀ ਕਰਨਾ ਪੈਂਦਾ? ਇਕਰਾਰ। ਅੱਜ ਬੰਦਾ ਮੰਨ ਲਓ ਇੱਥੇ ਕੋਈ ਭਾਈ ਜਾਂ ਭੈਣ ਹੋਵੇ, ਆਹ ਲੜਕਾ ਹੀ ਆ ਖੜਾ ਹੋਦਾ ਮੇਰਾ ਪੁੱਤ ਐਗਜ਼ਾਮਪਲ ਦੇਣ ਲਈ, ਹੁਣ ਇਹਨੂੰ ਮੈਂ ਕਹਿ ਦੇਵਾਂ ਤੂੰ ਪਾਪੀ ਆ, ਪਾਪੀ ਆ ਤੂੰ, ਤੂੰ ਪਾਪੀ ਆ, ਇਹਨੇ ਮੰਨਣਾ ਮੈਂ ਪਾਪੀ ਆ, ਇਹਨੇ ਤਾਂ ਮੇਰੇ ਗਲ ਪੈਣਾ, ਤੂੰ ਵੱਡਾ ਧਰਮੀ ਮੈਨੂੰ ਪਤਾ ਤੂੰ ਕਿੰਨੇ ਕੁ ਪਾਣੀ ਦੇ ਵਿੱਚ ਆ, ਇਹਨੇ ਗਲ ਪੈਣਾ ਹੀ ਹੋ। ਵੀ ਜੇ ਅੱਜ ਕਿਸੇ ਨੂੰ ਪਾਪੀ ਕਹਿ ਦਈਏ, ਅੱਜ ਸਮਾਂ ਨਹੀਂ ਉਹ ਕਿਸੇ ਨੂੰ ਸਮਝਾਉਣ ਦਾ, ਅੱਜ ਤਾਂ ਸਮਾਂ ਵੀ ਨਹੀਂ ਆ ਕਿਸੇ ਨੂੰ ਸਮਝਾਉਣ ਦਾ। ਉਹਨੇ ਕਹਿਣਾ ਤੂੰ ਬੜਾ ਪਤਾ, ਬਹੁਤ ਧਰਮੀ ਆ ਤੂੰ ਬੰਦਾ, ਤੂੰ ਵੀ ਇਸੇ ਦੁਨੀਆਂ ਦਾ ਹੀ ਆ, ਤੂੰ ਵੀ ਇਸੇ ਮਿੱਟੀ ਦਾ ਹੀ ਆ। ਉਹ ਮੇਰੇ ਭੈਣੋ ਦੇ ਭਰਾਵੋ, ਮੈਂ ਵੀ ਇਸੇ ਦੁਨੀਆਂ ਦਾ, ਮੈਂ ਵੀ ਪਾਪੀ ਸੀਗਾ, ਪਰ ਮੈਂ ਆਪਣੇ ਮੂੰਹ ਦੇ ਨਾਲ ਇਕਰਾਰ ਕਰ ਲਿਆ ਵੀ ਪਰਮਾਤਮਾ ਜੇ ਕੋਈ ਮੇਰੇ ਤੋਂ ਗਲਤੀ ਗੁਨਾਹ ਹੋ ਗਿਆ ਹੋਵੇ, ਪਾਪ ਹੋ ਗਿਆ ਹੋਵੇ, ਵੀ ਪ੍ਰਭੂ ਯਿਸੂ ਮਸੀਹ ਜੀ ਮੈਨੂੰ ਕੀ ਕਰ ਦਿਓ, ਮਾਫ਼ ਕਰ ਦਿਓ। ਹਾਲੇਲੂਇਆ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਕੀ ਕਰਦਾ? ਸਾਡੇ ਪਾਪਾਂ ਨੂੰ ਮਾਫ਼ ਕਰਦਾ ਵਾ। ਜਦੋਂ ਅਸੀਂ ਮਾਫ਼ੀ ਮੰਗਦੇ ਹਾਂ, ਜਦੋਂ ਬੱਚਾ ਗੁਨਾਹ ਕਰਦਾ ਤਾਂ ਆਪਣੇ ਪਾਪਾ ਨੂੰ ਕਹਿੰਦਾ ਸੌਰੀ ਪਾਪਾ ਮੂਸੇ ਗਲਤੀ ਹੋ ਗਈ, ਅਤੇ ਬਾਪ ਉਸਕਾ ਮਾਫ਼ ਕਰਤਾ ਜਾਂ ਨਹੀਂ ਕਰਤਾ? ਮੰਮੀ ਪਾਪਾ ਮਾਫ਼ੀ ਦਿੱਤੇ ਜਾਂ ਨਹੀਂ ਦਿੱਤੇ? ਕਈਆਂ ਨੂੰ ਤਾਂ ਪਤਾ ਨਹੀਂ, ਕਈਆਂ ਦੇ ਤਾਂ ਫਿਰਦੀ ਹੋਣੀ ਜੁੱਤੀ ਦੱਬ ਕੇ, ਜੋ ਕਿਤੇ ਨੁਕਸਾਨ ਕਰ ਦਿੰਦੇ ਹੋਣ। ਪਰ ਮੈਨੂੰ ਪਤਾ ਵੀ ਜਦੋਂ ਕਿਤੇ ਮੈਂ ਗਲਤੀ ਕੀਤੀ ਮੇਰੇ ਡੈਡੀ ਨੇ ਮੈਨੂੰ ਮਾਫ਼ ਕੀਤਾ, ਕੋਈ ਗੱਲ ਨਹੀਂ ਬੇਟਾ, ਪਰ ਨੈਕਸਟ ਟਾਈਮ ਮੈਂ ਐਸਾ ਨਹੀਂ ਕਰਨਾ। ਇਸੇ ਤਰ੍ਹਾਂ ਪਰਮੇਸ਼ਵਰ ਆ, ਜਦੋਂ ਅਸੀਂ ਗਲਤੀ ਗੁਨਾਹ ਕਰਦੇ ਨਾ, ਫੀਲ ਕਰਦੇ ਹਾਂ ਵੀ ਪਰਮਾਤਮਾ ਪ੍ਰਭੂ ਯਿਸੂ ਮਸੀਹ ਜੀ ਮੈਨੂੰ ਮਾਫ਼ ਕਰਿਓ, ਮੇਰੇ ਤੋਂ ਗਲਤੀ ਹੋ ਗਈ ਆ, ਗੁਨਾਹ ਹੋ ਗਿਆ, ਅਤੇ ਪਰਮਾਤਮਾ ਕੀ ਕਰ ਦਿੰਦਾ? ਮਾਫ਼ ਕਰਦਾ। ਜਦੋਂ ਅਸੀਂ ਮੰਨ ਲੈਂਦੇ ਹਾਂ, ਆਪਣੀ ਗਲਤੀ ਰਿਲਾਈਜ਼ ਕਰਦੇ ਨਾ, ਪਰਮਾਤਮਾ ਕੀ ਕਰ ਦਿੰਦਾ? ਮਾਫ਼। ਇੱਕ ਗਲਤੀ ਕਰਕੇ ਇੱਕ ਚੋਰੀ ਤੋਂ ਉੱਤੋਂ ਸੀਨਾ, ਅਤੇ ਫਿਰ ਨਹੀਂ ਉਹ ਮਾਫ਼ ਕਰਦਾ, ਫਿਰ ਭੜਕਾਉਂਦਾ ਹੀ ਚੰਗੀ ਤਰ੍ਹਾਂ। ਹਾਲੇਲੂਇਆ। ਅੱਜ ਮੇਰੇ ਭੈਣੋ ਅਤੇ ਭਰਾਵੋ, ਸਾਨੂੰ ਲੋੜ ਹੈ ਆਪਣੇ ਗੁਨਾਹਾਂ ਤੋਂ ਤੌਬਾ ਕਰਨ ਦੀ। ਅੱਜ ਤਾਂ ਲੋਕਾਂ ਦੇਖੋ ਮੂੰਹ ਦੇ ਵਿੱਚ ਕਹਿੰਦੇ ਹੁੰਦੇ ਆ ਨਾ, ਰੱਬ ਰੱਬ ਆ, ਅਤੇ ਬਗਲ 'ਚ ਕੀ ਆ? ਛੁਰੀ ਆ। ਛੁਰੀ ਦਾ ਮਤਲਬ ਸਮਝੋ, ਵੀ ਮੂੰਹ ਤੋਂ ਕਹਿੰਦੇ ਉਹ ਪਰਮਾਤਮਾ ਤੇਰਾ ਧੰਨਵਾਦ, ਉਹ ਪਰਮਾਤਮਾ ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ, ਅਤੇ ਉਸੇ ਸਮੇਂ ਉਦੋਂ ਥੋੜ੍ਹੀ ਦੇਰੀ ਬਾਅਦ ਹੀ ਬਣਾ ਲਓ, ਲਾ ਲਓ ਪੈਗ ਪੁੱਗ, ਪੈਗ ਲਾ ਲੈਂਦੇ ਹਾਂ, ਪੈਗ ਪੀਂਦੇ ਹਾਂ। ਉਹ ਯਾਰ ਨਾਲੇ ਕਹਿੰਦੇ ਪਰਮਾਤਮਾ ਅੰਦਰ ਵੱਸਦਾ, ਅਤੇ ਜਦੋਂ ਸ਼ਰਾਬ ਪੀਂਦੇ ਹਾਂ ਅਤੇ ਪਰਮਾਤਮਾ ਵੀ ਅੰਦਰ ਟੱਲੀ ਹੋ ਜਾਂਦਾ ਹੋਣਾ। ਉਹ ਭਗਤਾ ਜ਼ਿਆਦੀ ਭਲਾਤੀ, ਅੱਜ ਤਾਂ ਮੈਂ ਟੱਕਰਾ ਹੀ ਖੜਨਾ ਫਿਰਦਾ ਅੰਦਰ, ਤੇਰੇ ਦਿਲ 'ਚ ਵੱਜਦਾ ਫਿਰਦਾ, ਹੁਣ ਮੈਨੂੰ ਕਿਤੇ ਗੁਰਦਿਆਂ 'ਚ ਨਾ ਸੁੱਟ ਦੇਈਂ।
ਜਦੋਂ ਸਿਗਰਟ ਦਾ ਪੀਨੇ ਆ ਤੁਸੀਂ ਸਿਗਰਟ ਪੀਨੇ ਆ ਉਹ ਧੂਆਂ ਪਰਮਾਤਮਾ ਨੂੰ ਵੀ ਅੰਦਰ ਜਾਂਦਾ ਹੋਣਾ, ਪਰਮਾਤਮਾ ਅੰਦਰੋਂ ਕਹਿੰਦਾ ਹੋਣਾ ਨਿਕੰਮਿਆ ਤੈਨੂੰ ਕੈਂਸਰ ਹੋਣਾ ਨਹੀਂ ਹੋਣਾ, ਮੈਨੂੰ ਕੈਂਸਰ ਹੋ ਜਾਣਾ, ਘੱਟ ਪੀਆ ਕਰ ਸਿਗਰਟਾਂ। ਅੱਜ ਮੇਰੇ ਭੈਣੋ ਤੇ ਭਰਾਵੋ ਲੋਕਾਂ ਨੇ ਪਖੰਡ ਪਾਲਿਆ ਹੋਇਆ ਰੱਬ ਦੇ ਨਾਂ ਨੂੰ। ਅੱਜ ਮੇਰਾ ਜਿਹੜਾ ਪ੍ਰਚਾਰ ਹੈ ਉਹ ਇੱਕੋ ਚੀਜ਼ ਤੇ ਆ ਵੀ ਆਪਣੇ ਗੁਨਾਹਾਂ ਤੋਂ ਕੀ ਕਰਨੀ ਆ, ਤੌਬਾ ਕਰਨੀ ਆ। ਧਰਮ ਤੋਂ ਤੌਬਾ ਨਹੀਂ ਉਹ ਮੇਰੇ ਭੈਣੋ ਤੇ ਭਰਾਵੋ, ਗੁਨਾਹਾਂ ਤੋਂ ਤੌਬਾ ਕਰਨੀ ਆ ਜਿਹੜੇ ਤੁਸੀਂ ਪਾਪ ਕਰਦੇ ਆ, ਜਿਹੜੀਆਂ ਭੈਣਾਂ ਚੁਗਲੀਆਂ ਕਰਦੀਆਂ ਨਾ ਮੂੰਹ ਨਾ ਮੂੰਹ ਨਹੀਂ ਤੈਨੂੰ ਪਤਾ ਲੱਗਾ ਨੀ ਫਲਾਣੇ ਦੀ ਨੂੰਹ ਦੇ ਚੱਕਰ ਚੱਲ ਲੱਗਦੇ ਅੱਜ ਕਰ ਬਾਹਰ, ਨੀ ਤੈਨੂੰ ਨੀ ਪਤਾ ਲੱਗਾ, ਨੀ ਉਹ ਦੌੜ ਗਿਆ, ਨੀ ਉਹ ਦੌੜ ਗਈ, ਨੀ ਆਹ ਹੋ ਗਿਆ, ਨੀ ਉਹ ਹੋ ਗਈ, ਇਹਦਾ ਵੀ ਰੱਬ ਨੇ ਕੀ ਲੈਣਾ ਵਾ ਹਿਸਾਬ ਲੈਣਾ। ਚੁਗਲੀ ਕਰਨਾ ਹੀ ਇਹ ਵੀ ਪਾਪ ਆ, ਚੁਗਲੀ ਕਰਨਾ ਵੀ ਕੀ ਆ, ਪਾਪ ਆ। ਲੋਕੀ ਪ੍ਰਭੂ ਨੂੰ ਪਤਾ ਕਿਉਂ ਨਹੀਂ ਮੰਨਦੇ, ਯਿਸੂ ਮਸੀਹ ਨੂੰ ਇਸ ਲਈ ਤਾਂ ਮੰਨਦੇ ਨੇ ਯਾਰ ਇਹ ਬਹੁਤ ਕੁਛ ਛਡਾਉਂਦੇ ਹੀ ਹੋ, ਇਹ ਕਹਿੰਦੇ ਚੋਰੀ ਨਾ ਕਰੋ, ਚੁਗਲੀ ਨਾ ਕਰੋ, ਨਿੰਦਿਆ ਨਾ ਕਰੋ, ਹੇਰਾ ਫੇਰੀ ਨਾ ਕਰੋ, ਗੁਨਾਹ ਨਾ ਕਰੋ, ਵਿਭਚਾਰ ਨਾ ਕਰੋ, ਆਹ ਨਾ ਕਰੋ, ਉਹ ਨਾ ਕਰੋ, ਇਸ ਲਈ ਤਾਂ ਮਾੜੇ ਲੱਗਦੇ ਉਹਨਾਂ ਨੂੰ, ਹਾਲੇਲੂਇਆ, ਕਿਉਂਕਿ ਅਸੀਂ ਸੱਚਾਈ ਦੱਸਦੇ ਹਾਂ, ਸੱਚਾਈ ਦੇ ਰਾਹ 'ਤੇ ਚਲਾਉਂਦੇ ਹਾਂ ਬੰਦੇ ਨੂੰ, ਹਾਲੇਲੂਇਆ, ਹਾਲੇਲੂਇਆ। ਬੈਠ ਜਾ, ਐਗਜ਼ਾਮਪਲ ਦਿੰਦਾ ਤੁਹਾਨੂੰ ਮੇਰੇ, ਦੇਖਿਓ ਮੇਰੇ ਭੈਣੋ ਤੇ ਭਰਾਵੋ, ਇੱਕ ਬੰਦਾ ਕੱਚੇ ਰਾਹ 'ਤੇ ਤੁਰਿਆ ਜਾਵੇ, ਉਹਦੇ ਵਿੱਚ ਕੰਡੇ ਵੀ ਆ, ਪੱਥਰ ਵੀ ਪਏ ਆ ਛੋਟੇ ਛੋਟੇ, ਜਦੋਂ ਰਾਸਤੇ 'ਤੇ ਤੁਰ ਰਿਹਾ ਨੰਗੇ ਪੈਰੀ, ਉਹਦੇ ਪੈਥਰ ਪੱਥਰ ਕੀ ਆ ਪੈਰਾਂ ਦੇ ਵਿੱਚ, ਕੰਡੇ ਵੀ ਕੀ ਆ ਚੁੱਭਣੇ, ਹੁਣ ਉਹਨੂੰ ਕੀ ਪਾਉਣ ਦੀ ਲੋੜ ਆ, ਜੁੱਤੀ ਪਾ ਲਈ ਉਹਨੇ, ਹੁਣ ਜੁੱਤੀ ਪਾ ਲਈ ਆ, ਕੰਡਿਆਂ ਦੇ ਉੱਤੇ ਵੀ ਤੁਰ ਰਿਹਾ, ਪੱਥਰਾਂ ਉੱਤੇ ਵੀ ਤੁਰ ਰਿਹਾ, ਹੁਣ ਉਹਨੂੰ ਕੋਈ ਪ੍ਰੋਬਲਮ ਆਉਣੀ ਆ ਨਹੀਂ, ਕੋਈ ਪ੍ਰੋਬਲਮ ਨਹੀਂ, ਪਰ ਇੱਕ ਹੁਣ ਗੌਰ ਨਾਲ ਸੁਣਿਓ, ਹੁਣ ਬੂਟ ਦੇ ਵਿੱਚ ਕੰਡਾ ਵਾ ਉਹਦੇ ਚੁੱਭ ਰਿਹਾ, ਹੁਣ ਕੀ ਕਰੂ ਵਿਚਾਰਾ, ਜੁੱਤੀ ਲਾਉਂਦਾ ਤਾਂ ਵੀ ਕੰਡੇ ਚੁੱਭਣੇ, ਅਤੇ ਜਿਹੜਾ ਬੂਟ 'ਚ ਕੰਡਾ ਵਾ ਉਹ ਕੰਡਾ ਵੀ ਉਹਨੂੰ ਹੁਣ ਕੱਢਣਾ ਪੈਣਾ। ਇਹ ਦੁਨੀਆਂ ਦੇ ਉੱਤੇ ਆਪਾਂ ਤੁਹਾਨੂੰ ਸੁਣੋ, ਹੁਣ ਇਹ ਦੁਨੀਆਂ ਜਿਹੜੀ ਹੈ ਨਾ ਇੱਕ ਕੰਡਿਆਂ ਦੀ ਤਰ੍ਹਾਂ ਵਾ, ਪੱਥਰ ਦੀ ਤਰ੍ਹਾਂ, ਲੋਕਾਂ ਨੇ ਤੁਹਾਨੂੰ ਇਹ ਪੱਥਰ ਪਤਾ ਅੱਜ ਕੀ, ਅੱਜ ਲੋਕ ਇੱਦਾਂ ਪੱਥਰ ਨਹੀਂ ਮਾਰਦੇ, ਗੱਲਾਂ ਨਾਲ ਪੱਥਰ ਮਾਰਦੇ ਆ, ਜ਼ੁਬਾਨ ਨਾਲ ਪੱਥਰ, ਜ਼ੁਬਾਨ ਲੋਕਾਂ ਦੀ ਪੱਥਰ ਵਰਗੀ, ਅੱਜ ਕੋਈ ਗੱਲ ਹੀ ਕਿਸੇ ਨੂੰ ਇੱਦਾਂ ਕਹਿੰਦੇ ਨਾ ਸੜ ਜਾਂਦਾ ਬਲ ਜਾਂਦਾ, ਜਾਂ ਤਾਂ ਮੈਂ ਮਾਰ ਦੇਣਾ ਇਹਨੂੰ ਜਾਂ ਇਹ ਮੈਨੂੰ ਮਾਰ ਦੇਵੇ। ਜਦੋਂ ਅੱਜ ਤੁਸੀਂ ਜ਼ਮੀਨ ਦੇ ਉੱਤੇ ਰਹਿਣਾ ਅਤੇ ਜਿਹੜਾ ਬੂਟ ਹੈ ਨਾ ਉਹਦੇ ਵਿੱਚੋਂ ਤੁਹਾਨੂੰ ਉਹ ਪੱਥਰ, ਉਹਦੇ ਵਿੱਚ ਉਹ ਕੰਡਾ ਤੁਹਾਨੂੰ ਕੱਢਣਾ ਪੈਣਾ। ਇਹ ਜੇ ਤੁਸੀਂ ਜਿਹੜੇ ਇਸ ਦੁਨੀਆਂ ਦੇ ਉੱਤੇ ਚੱਲ ਰਹੇ ਹੋ, ਦੁਨੀਆਂ ਦੇ ਉੱਤੇ ਚੱਲ, ਰੱਬ ਦਾ ਨਾਮ ਤਾਂ ਲੈ ਲਿਆ ਵਾ, ਰੱਬ ਨੂੰ ਤਾਂ ਪਾ ਲਿਆ, ਪਰ ਜਿਹੜਾ ਅੰਦਰ ਕੰਡਾ ਵਾ ਤੁਹਾਡੇ ਅੰਦਰੋਂ, ਬਾਹਰੋਂ ਤਾਂ ਤੁਸੀਂ ਸੇਫ ਆ, ਜੁੱਤੀਆਂ ਪਾਲੀਆਂ, ਜੇ ਜੁੱਤੀ 'ਚੋਂ ਕੰਡਾ ਕੱਢਣਾ ਉਹ ਕੰਡਾ ਤੁਹਾਨੂੰ ਅੰਦਰੋਂ, ਅੱਜ ਬੰਦੇ ਦੇ ਅੰਦਰ ਕੰਡਾ ਵਾ, ਉਹ ਅੰਦਰ ਜਿਹੜਾ ਕੰਡਾ ਵਾ ਉਹ ਪਾਪ ਦਾ ਕੰਡਾ, ਉਹ ਜਿਹੜਾ ਪਾਪ ਤੁਹਾਨੂੰ ਚੁੱਭਦਾ ਪਿਆ ਅੰਦਰੋਂ, ਉਹ ਨਸ਼ੇ ਦੀ ਲਾਹਨਤ ਆ, ਉਹ ਵਿਭਚਾਰ ਦੀ ਲਾਹਨਤ ਆ, ਉਹ ਝੂਠ ਦੀ ਲਾਹਨਤ ਆ, ਹੇਰਾ ਫੇਰੀ ਦੀ ਲਾਹਨਤ ਆ, ਜਿਹੜੀ ਤੁਹਾਨੂੰ ਅੰਦਰੋਂ ਚੁੱਭਦੀ ਪਈ ਆ, ਉਹ ਅੰਦਰੋਂ ਕੰਡਾ ਕੱਢਣਾ ਪੈਣਾ। ਉਹ ਪਰਮਾਤਮਾ ਦਾ ਨਾਮ ਜਦੋਂ ਤੁਹਾਨੂੰ ਸਮਰਥ ਦਊਗਾ, ਅਭਿਸ਼ੇਕ ਦਊਗਾ, ਤੁਸੀਂ ਅੰਦਰੋਂ ਪਾਪ ਨੂੰ ਕੱਢੋਗੇ ਯਿਸੂ ਦੇ ਸਮਰਥੀ ਨਾਮ ਮੇ, ਆਮੇਨ, ਹਾਲੇਲੂਇਆ, ਹਾਲੇਲੂਇਆ। ਫਿਰ ਉਹ ਅੰਦਰੋਂ ਕੰਡਾ ਕੀ ਹੋ ਜਾਊਗਾ, ਨਿਕਲ ਜਾਊਗਾ, ਫਿਰ ਤੁਹਾਡੇ ਚੁੱਭੂਗਾ, ਫਿਰ ਨਹੀਂ ਚੁੱਭਣਾ, ਫਿਰ ਤੁਸੀਂ ਆਰਾਮ ਨਾਲ ਤੁਰਦੇ ਜਾਓਗੇ, ਹਾਲੇਲੂਇਆ। ਅੱਜ ਜਿਹੜਾ ਜੁੱਤੀ ਦੇ ਅੰਦਰ ਕੰਡਾ ਨਾ ਉਹ ਕੱਢਣਾ, ਜਿਹੜਾ ਬੰਦੇ ਦੇ ਅੰਦਰ ਕੰਡਾ ਚੁੱਭਦਾ ਪਿਆ ਨੂੰ ਉਹ ਕੱਢਣ ਦੀ ਜ਼ਰੂਰਤ ਹੈ, ਉਹ ਆ ਪਾਪ ਦਾ ਕੰਡਾ। ਕਾਹਦਾ ਕੰਡਾ ਬੋਲੋ ਜੀ ਬਾਈ, ਨਾ ਪਾਪ, ਕਈਆਂ ਦੇ ਤਾਂ ਨਸ਼ੇ ਦਾ ਕੰਡਾ, ਵੀ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕਦੇ, ਤੋੜ ਲੱਗਦੀ ਨਸ਼ੇ ਦੀ, ਅੱਖਾਂ ਚੜ੍ਹਾਈ ਰੱਖਣੀਆਂ, ਕਿਸੇ ਦੇ 'ਚ ਆਸ਼ਕੀ ਦਾ ਕੰਡਾ ਵੜਿਆ ਹੋਇਆ, ਵੀ ਚੱਕਣਾ ਮੋਟਰਸਾਈਕਲ, ਚਲੋ ਜੀ ਮਾਡਲ ਟਾਊਨ ਚੱਲਦੇ ਹਾਂ, ਚਲੋ ਜੀ ਉੱਧਰ ਠੰਡੀ ਸੜਕ 'ਤੇ ਚੱਲਦੇ ਹਾਂ, ਗੇੜੀ ਕੱਢ ਕੇ ਆਉਂਦੇ ਹਾਂ, ਇਹ ਵੀ ਕੰਡਾ ਹੀ ਹੈ ਇੱਕ, ਚੁੱਭਦਾ ਜਿਹੜਾ ਉਹਨਾਂ ਦੇ ਅੰਦਰ, ਹਾਲੇਲੂਇਆ। ਅਤੇ ਜਦੋਂ ਤੁਸੀਂ ਸਿਮਰਨ ਕਰੋਗੇ, ਪ੍ਰਭੂ ਯਿਸੂ ਮਸੀਹ ਦਾ ਵਚਨ ਨੂੰ ਪੜੋਗੇ, ਨਾਮ ਲਓਗੇ ਪਰਮਾਤਮਾ ਦਾ, ਅਤੇ ਉਹ ਕੰਡਾ ਵੀ ਤੁਹਾਡੇ ਅੰਦਰੋਂ ਕੀ ਹੋ ਜਾਊਗਾ, ਖਤਮ ਹੋ ਜਾਊਗਾ, ਹਾਲੇਲੂਇਆ, 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 ਹਾਲੇਲੂਇਆ। ਅੱਜ ਦੁਨਿਆਵੀ ਰੰਗ ਲਾਉਂਦੇ ਫਿਰਦੇ, ਅੱਜ ਦਾ ਦਿਨ ਹੋਲੀ ਦਾ ਦਿਨ ਹੈ, ਦੁਨਿਆਵੀ ਰੰਗ, ਮੈਂ ਦੁਨਿਆਵੀ ਰੰਗ ਤਾਂ ਨਹੀਂ ਲਾਉਂਦਾ ਵੀ ਅੱਜ ਲਾਇਆ ਤਾਂ ਕੱਲ੍ਹ ਨੂੰ ਕੀ ਹੋ ਜਾਣਾ, ਬੋਲੋ ਅੱਜ ਲਾਇਆ ਤਾਂ ਕੱਲ੍ਹ ਨੂੰ ਕੀ ਹੋ ਜਾਣਾ, ਕੱਲ੍ਹ ਨੂੰ ਛੱਡੋ, ਰਾਤ ਨੂੰ ਨਹਾਉਂਦੇ ਸਾਰੀ ਕੀ ਹੋ ਜਾਣਾ, ਉੱਤਰ ਜਾਣਾ, ਉਹ ਰੱਬ ਦੇ ਰੰਗ ਲਾ ਲਓ, ਰੱਬ ਦਾ ਰੰਗ ਲਾ ਲਓ, ਸਾਰੀ ਜ਼ਿੰਦਗੀ ਨਹੀਂ ਉੱਤਰਦਾ, ਯਿਸੂ ਮਸੀਹ ਦਾ ਲਹੂ ਲਾ ਲਓ, ਸਾਰੀ ਜ਼ਿੰਦਗੀ ਨਹੀਂ ਉਤਰੂਗਾ, ਇਹ ਆ ਬਲੱਡ ਦਾ ਰੰਗ ਜਿਹੜਾ ਸਾਰੀ ਜ਼ਿੰਦਗੀ, ਅੱਜ ਕੱਲ੍ਹ ਜੁਗਾ ਨਾ ਜੁਗ ਇੱਕ ਜੈਸਾ ਕਲਰ ਹੈ, ਉਹ ਹੈ ਪਰਮੇਸ਼ਵਰ ਕੇ ਬਲੱਡ ਕਾ, ਕਭੀ ਨਹੀਂ ਉਤਰੇਗਾ, ਹਾਲੇਲੂਇਆ, 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 ਹਾਲੇਲੂਇਆ।